ਇੱਕ ਜੋ ਇੱਕੇ ਇੱਕ ਪਰਮੇਸ਼ਰ ਹੈ, ਵਾਹਿਗੁਰੂ ਹੈ, ਅਦਵੈਤ ਸਰੂਪ ਹੈ ਤੇ ਅਖੰਡ ਹੈ। ਜੋ ਇੱਕੋ ਇੱਕ ਪਰਮੇਸ਼ਰ ਹੈ, ਅਦਵੈਤ ਸਰੂਪ ਹੈ ਅਤੇ ਅਖੰਡ ਹੈ, ਉਹ ਅਹੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਉਹ ਅਹੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਇੱਥੇ ਭਾਈ ਆਪਾਂ ਉਚਾਰਨ ਕਰਨ ਲੱਗੇ ਖਾਸ ਖਿਆਲ ਰੱਖਣਾ ਹੈ, ਨਹੀਂ ਤਾਂ ਕਈ ਇੱਕ ਓਅੰਕਾਰ ਦਾ ਗਲਤ ਉਚਾਰਨ ਹੀ ਕਰਦੇ ਹਨ। ਸੁਣ ਲਿਓ ਭਾਵੇਂ ਕਈਆਂ ਨੂੰ ਏਕੰਕਾਰ, ਏਕੰਕਾਰ, ਏਕੰਕਾਰ ਇਸ ਤਰ੍ਹਾਂ ਕਰਕੇ ਕਈ ਉਚਾਰਨ ਕਰਦੇ ਹਨ, ਪਰ ਜੋ ਸ਼ੁੱਧ ਉਚਾਰਨ ਹੈ ਇੱਕ ਓਅੰਕਾਰ, ਇੱਕ ਓਅੰਕਾਰ ਇਸ ਤਰ੍ਹਾਂ ਉਚਾਰਨ ਕਰਨਾ ਹੈ ਜੀ। ਸਤ ਨਾਮ, ਸਤ ਨਾਸ ਤੋਂ ਰਹਿਤ ਹੈ ਅਤੇ ਨਾਮ ਪ੍ਰਸਿੱਧ ਹੈ। ਸਤ ਅਰਥਾਤ ਨਾਸ ਤੋਂ ਰਹਿਤ ਹੈ ਅਤੇ ਨਾਮ ਅਰਥਾਤ ਪ੍ਰਸਿੱਧ ਹੈ। ਸਾਰੀ ਸ੍ਰਿਸ਼ਟੀ ਨੂੰ ਰਚਣ ਵਾਲਾ ਹੈ ਅਤੇ ਪੂਰਨ ਹੈ, ਸਾਰੀ ਸ੍ਰਿਸ਼ਟੀ ਨੂੰ ਰਚਣ ਵਾਲਾ ਹੈ ਅਤੇ ਪੂਰਨ ਹੈ। ਭੈ ਤੋਂ ਰਹਿਤ ਹੈ ਅਤੇ ਵੈਰ ਤੋਂ ਵੀ ਰਹਿਤ ਹੈ। ਉਹ ਵਾਹਿਗੁਰੂ ਭੈ ਤੋਂ ਵੀ ਰਹਿਤ ਹੈ ਅਤੇ ਵੈਰ ਤੋਂ ਵੀ ਰਹਿਤ ਹੈ। ਕਾਲ ਤੋਂ ਰਹਿਤ ਸਰੂਪ ਹੈ ਵਾਹਿਗੁਰੂ, ਕਾਲ ਤੋਂ ਰਹਿਤ ਹੈ, ਕਾਲ ਤੋਂ ਰਹਿਤ ਸਰੂਪ ਹੈ। ਜੂਨਾ ਤੋਂ ਰਹਿਤ ਹੈ ਅਤੇ ਸੁਤੇ ਪ੍ਰਕਾਸ਼ ਸਰੂਪ ਹੈ, ਜੂਨਾ ਤੋਂ ਰਹਿਤ ਹੈ ਅਤੇ ਸੁਤੇ ਪ੍ਰਕਾਸ਼ ਸਰੂਪ ਹੈ। ਚੇਤਨ ਸਰੂਪ ਹੈ ਗੁਰ, ਚੇਤਨ ਸਰੂਪ ਹੈ ਅਤੇ ਪ੍ਰਸਾਦ ਅਰਥਾਤ ਆਨੰਦ ਸਰੂਪ ਹੈ। ਅਗਿਆਨ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਵਾ ਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਜਪ, ਜਪ ਬਾਣੀ ਦਾ ਨਾਮ ਹੈ। ਆਦਿ ਸੱਚ, ਸਾਰੇ ਜਗਤ ਦੇ ਆਦਿ ਵਿੱਚ ਸੱਚ ਸਰੂਪ ਸੀ। ਸਾਰੇ ਜਗਤ ਦੇ ਆਦਿ ਵਿੱਚ ਜਾਣੀ ਕਿ ਸ਼ੁਰੂ ਵਿੱਚ ਸੱਚ ਸਰੂਪ ਸੀ। ਜੁਗਾਦ ਸੱਚ, ਜਦੋਂ ਸਤਯੁਗ, ਤ੍ਰੇਤਾ, ਦੁਆਪਰ ਆਦਿ ਯੁੱਗਾਂ ਦੀ ਮਰਿਆਦਾ ਥਾਪੀ ਉਦੋਂ ਵੀ ਸੱਚ ਸਰੂਪ ਸੀ। ਜਦੋਂ ਸਤਯੁਗ, ਤ੍ਰੇਤਾ, ਦੁਆਪਰ ਆਦਿ ਯੁੱਗਾਂ ਦੀ ਮਰਿਆਦਾ ਥਾਪੀ ਉਦੋਂ ਵੀ ਸੱਚ ਸਰੂਪ ਸੀ। ਹੈ ਵੀ ਸੱਚ, ਹੁਣ ਵੀ ਸੱਚ ਸਰੂਪ ਹੈ, ਹੁਣ ਵੀ ਸੱਚ ਸਰੂਪ ਹੈ। ਨਾਨਕ ਖੁਸ਼ੀ ਵੀ ਸੱਚ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ ਹਨ ਕਿ ਅੱਗੇ ਨੂੰ ਵੀ ਸੱਚ ਸਰੂਪ ਹੋਵੇਗਾ। ਅਰਥ ਨੰਬਰ ਦੋ, ਹੁਣ ਇੱਕ ਅਰਥ ਇਹ ਆਪ ਜੀ ਨੇ ਸ਼੍ਰਵਣ ਕੀਤੇ ਹਨ, ਹੁਣ ਦੂਜੇ ਅਰਥ ਵੀ ਹਨ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸ੍ਰਿਸ਼ਟੀ ਨੂੰ ਉਤਾਰਦੇ ਹੋਏ ਫਿਰ ਜਾਏ ਚੜ੍ਹੇ ਸੁਮੇਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ। ਪੌੜੀ 28 ਵਾਰ ਪਹਿਲੀ, ਜਿਸ ਵਕਤ ਸੁਮੇਰ ਪਰਬਤ 'ਤੇ ਗਏ ਹਨ ਧੰਨ ਧੰਨ ਗੁਰੂ ਨਾਨਕ ਦੇਵ ਜੀ, 84 ਸਿੱਧਾ ਗੋਰਖਨਾਥ ਆਦਿਕ ਸਾਰੇ ਪੁੱਛਣ ਲੱਗੇ। ਸਿੱਧ ਪੁੱਛਣ, ਸੁਣ ਬਾਬੇ ਆ, ਕੌਣ ਸ਼ਕਤ ਤੁਹੇ ਇੱਥੇ ਲਿਆਈ। ਸਿੱਧ ਪੁੱਛਣ, ਸੁਣ ਬਾਲੇ ਆ, ਕੌਣ ਸ਼ਕਤ ਤੁਹੇ ਇੱਥੇ ਲਿਆਈ। ਹੇ ਮਹਾਰਾਜ ਜੀ, ਤੁਹਾਨੂੰ ਕਿਹੜੀ ਸ਼ਕਤੀ ਇੱਥੇ ਲਿਆਈ ਹੈ।
ਸਿੱਧਾ ਪਾਤਸ਼ਾਹ ਜੀ ਨੂੰ ਪੁੱਛਦੇ ਹਨ ਕਿ ਸਤਿਗੁਰੂ ਮਹਾਰਾਜ ਜੀ ਤੁਹਾਨੂੰ ਕਿਹੜੀ ਸ਼ਕਤੀ ਇੱਥੇ ਲੈ ਕੇ ਆਈ ਹੈ? ਤਾਂ ਸਤਿਗੁਰੂ ਮਹਾਰਾਜ ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਉੱਤਰ ਦਿੱਤਾ, ਹੋ ਜਪਿਆ ਪਰਮੇਸ਼ਰ ਹੈ ਭਾਉ ਭਗਤ ਸੰਗਤਾੜੀ ਲਾਈ। ਹੋ ਜਪਿਆ ਪਰਮੇਸ਼ਰ ਹੈ ਭਾਉ ਭਗਤ ਸੰਗਤਾੜੀ ਲਾਈ। ਪੌੜੀ 28 ਵਾਰ ਪਹਿਲੀ। ਹੇ ਸਿੱਧੋ, ਅਸੀਂ ਅਕਾਲ ਪੁਰਖ ਵਾਹਿਗੁਰੂ ਇੱਕ ਓਅੰਕਾਰ ਦੇ ਬਲ ਨਾਲ ਇੱਥੇ ਆਏ ਹਾਂ। ਧੰਨ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਸਿੱਧਾ ਨੂੰ ਕਿ ਅਸੀਂ ਅਕਾਲ ਪੁਰਖ ਵਾਹਿਗੁਰੂ ਇੱਕ ਓਅੰਕਾਰ ਦੇ ਬਲ ਨਾਲ ਇੱਥੇ ਆਏ ਹਾਂ। ਤਾਂ ਸਿੱਧਾ ਨੇ ਕਿਹਾ, ਮਹਾਰਾਜ ਜੀ ਵੇਦ ਦੇ ਅੰਦਰ ਤਾਂ ਓਅੰਗ ਮੰਤਰ ਹੈ। ਸਿੱਧਾ ਨੇ ਕਿਹਾ, ਮਹਾਰਾਜ ਜੀ ਵੇਦ ਦੇ ਅੰਦਰ ਤਾਂ ਓਅੰਗ ਮੰਤਰ ਹੈ। ਆਪ ਜੀ ਨੇ ਇੱਕ ਓਅੰਕਾਰ ਕਿਉਂ ਉਚਾਰਨ ਕੀਤਾ? ਸਿੱਧਾ ਨੇ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ। ਤਾਂ ਉਸ ਵਕਤ ਸੱਚੇ ਸਤਿਗੁਰੂ ਜੀ ਨੇ ਕਿਹਾ ਕਿ ਹੇ ਸਿੱਧੋ, ਜੋ ਮੈਂ ਓਅੰਗ ਮੰਤਰ ਹੈ, ਜੋ ਓਅੰਗ ਮੰਤਰ ਹੈ ਉਹ ਤ੍ਰਿਧਾ ਰੂਪ ਹੈ। ਜੋ ਓਅੰਗ ਮੰਤਰ ਹੈ ਉਹ ਤ੍ਰਿਧਾ ਸਰੂਪ ਹੈ। ਰਾਜਸੀ, ਤਾਮਸੀ, ਸ਼ਾਂਤਕੀ ਮਾਇਆ ਰੂਪ ਹੈ। ਜੋ ਓਅੰਗ ਮੰਤਰ ਹੈ ਉਹ ਤ੍ਰਿਧਾ ਸਰੂਪ ਰੂਪ ਹੈ। ਰਾਜਸੀ, ਤਾਮਸੀ, ਸ਼ਾਂਤਕੀ ਰੂਪ ਮਾਇਆ ਹੈ। ਰਜ ਗੁਣ, ਤਮ ਗੁਣ, ਸਤਗੁਣ ਕਹੀਐ ਇਹ ਤੇਰੀ ਸਭ ਮਾਇਆ। ਜੋ ਤ੍ਰਿਧਾ ਦਾ ਜਨਾਇਕ ਰੂਪ ਜਿਹੜਾ ਸ਼ਬਦ ਹੈ ਉਹ ਓਅੰਗ ਹੈ। ਅਸੀਂ ਇੱਕ ਓਅੰਕਾਰ ਸ਼ਬਦ ਉਚਾਰਨ ਕੀਤਾ ਹੈ। ਆਦਿ ਵਿੱਚ, ਸ਼ੁਰੂ ਵਿੱਚ ਏਕਾ ਲਾਇਆ ਹੈ, ਏਕੜਾ ਲਾਇਆ ਹੈ, ਜੋ ਅਦਵੈਤ ਰੂਪ ਦਾ ਜਨਾਇਕ ਹੈ। ਅਸੀਂ ਆਦਿ ਵਿੱਚ, ਮੁੱਢ ਸ਼ੁਰੂ ਵਿੱਚ ਏਕਾ ਲਾਇਆ ਹੈ, ਏਕੜਾ ਲਾਇਆ ਹੈ, ਜੋ ਅਦਵੈਤ ਰੂਪ ਦਾ ਜਨਾਇਕ ਹੈ। ਇਹ ਆਦਿ ਵਿੱਚ ਇੱਕ ਇਸ ਕਰਕੇ ਲਾਇਆ ਹੈ, ਸ਼ੁਰੂ ਵਿੱਚ ਇੱਕ ਇਸ ਕਰਕੇ ਲਾਇਆ ਹੈ ਕਿਉਂਕਿ ਦੁਨੀਆਂ ਅੰਦਰ 63 ਪ੍ਰਕਾਰ ਦੇ ਓਅੰਕਾਰ ਵਿਵਾਦ ਹਨ। ਸੱਤ ਮਤਾਂ ਵਾਲਿਆਂ ਨੇ ਇਸ ਨੂੰ 9-9 ਸੱਤ ਮਤਾਂ ਵਾਲਿਆਂ ਨੇ ਇਸ ਨੂੰ 9-9 ਅਨੇਕ ਵਿਸਥਾਰ 'ਤੇ ਪਏ। ਸੱਤ ਮਤਾਂ ਵਾਲਿਆਂ ਨੇ ਇਸ ਨੂੰ 9-9 ਪ੍ਰਕਾਰ ਦਾ ਵਰਣਨ ਕੀਤਾ ਹੈ। ਇਸ ਪ੍ਰਕਾਰ ਸੱਤੋ ਨਾਇਆਂ 63 ਹੁੰਦੇ ਹਨ। ਇਸ ਪ੍ਰਕਾਰ ਸੱਤੋ ਨਾਇਆਂ 63 ਹੁੰਦੇ ਹਨ। ਪ੍ਰਥਮ ਸਿਧਾਂਤ ਹਿਰਨ ਗਰਭ ਕਾ ਬ੍ਰਹਮ ਜੀ ਦਾ ਕਿਹਾ ਹੋਇਆ। ਪ੍ਰਥਮ ਸਿਧਾਂਤ ਜੋ ਹੈ ਹਿਰਨ ਗਰਭ ਦਾ ਕਾ ਬ੍ਰਹਮਾ ਜੀ ਦਾ ਕਿਹਾ ਹੋਇਆ ਕਿ ਓਅੰਕਾਰ ਦੇ 9 ਰੂਪ ਹਨ, ਤ੍ਰਿਮਾਤਾ ਰੂਪ, ਤ੍ਰੇ ਬ੍ਰਹਮ ਰੂਪ, ਤ੍ਰੇ ਅੱਖਰ ਰੂਪ। ਪਤੰਜਲੀ ਦਾ ਮਤ ਵੀ ਇਸੇ ਪ੍ਰਕਾਰ ਹੈ। ਪ੍ਰਥਮ ਸਿਧਾਂਤ ਹਿਰਨ ਗਰਭ ਕਾ ਬ੍ਰਹਮਾ ਜੀ ਦਾ ਕਿਹਾ ਹੋਇਆ ਕਿ ਓਅੰਕਾਰ ਦੇ 9 ਰੂਪ ਹਨ, ਤ੍ਰਿਮਾਤਾ ਰੂਪ, ਤ੍ਰੇ ਪਾਰ ਬ੍ਰਹਮ ਰੂਪ, ਤ੍ਰੇ ਬ੍ਰਹਮ ਰੂਪ, ਤ੍ਰੇ ਅੱਖਰ ਰੂਪ,
ਪਤੰਜਲੀਆਂ ਦਾ ਵੀ ਇਸੇ ਪ੍ਰਕਾਰ ਹੈ। ਕਪਿਲ ਮੁਨੀ ਜੀ ਸ਼ਾਕ ਸ਼ਾਸਤਰ ਦੇ ਕਰਤਾ ਕਹਿੰਦੇ ਹਨ ਕਿ ਤ੍ਰੇ ਗਿਆਨ ਰੂਪ, ਤ੍ਰੇ ਗੁਣ ਰੂਪ, ਤ੍ਰੇ ਕਰਨ ਰੂਪ। ਕਪਿਲ ਮੁਨੀ ਜੀ ਸ਼ਾਂਖ ਸ਼ਾਸਤਰ ਦੇ ਕਰਤਾ ਕਹਿੰਦੇ ਹਨ ਕਿ ਤ੍ਰੇ ਗਿਆਨ ਰੂਪ, ਤ੍ਰੇ ਗੁਣ ਰੂਪ, ਤ੍ਰੇ ਕਾਰਨ ਰੂਪ। ਅਤੇ ਅਪਾਤਰ ਮੁਨੀ ਜੀ ਕਹਿੰਦੇ ਹਨ ਤ੍ਰੇ ਮੁੱਖ ਰੂਪ, ਤ੍ਰੇ ਦੇਵਤਾ ਰੂਪ ਅਤੇ ਤ੍ਰੇ ਪ੍ਰਯੋਜਨ ਰੂਪ। ਸੰਤ ਕੁਮਾਰੀ ਦੇ ਮਤ ਦਾ ਸਿਧਾਂਤ ਹੈ ਕਿ ਤ੍ਰੇਕਾਲ ਰੂਪ ਹੈ, ਤ੍ਰਿਲਿੰਗ ਰੂਪ ਹੈ, ਤ੍ਰੇ ਸੰਗਿਆ ਰੂਪ ਹੈ। ਅਤੇ ਬ੍ਰਹਮ ਨਿਸ਼ਠਾ ਦੇ ਮਤ ਦਾ ਸਿਧਾਂਤ ਹੈ ਕਿ ਤ੍ਰਿਸਥਾਨ ਰੂਪ, ਤ੍ਰਿਵਦ ਰੂਪ ਅਤੇ ਤ੍ਰੇ ਪ੍ਰਗਿਆ ਰੂਪ ਹੈ। ਸ਼ਿਵ ਦਾ ਸਿਧਾਂਤ ਹੈ ਕਿ ਤ੍ਰੈ ਅਵਸਥਾ ਰੂਪ ਹੈ, ਤ੍ਰੈ ਭੋਗ ਰੂਪ ਹੈ, ਤ੍ਰੈ ਭੋਗਤਾ ਰੂਪ ਹੈ। ਅਤੇ ਵੈਸ਼ਨਵ ਦੇ ਮਤ ਵਿੱਚ ਪੰਚ ਰਾਤਰ ਨਾਰਦ ਦਾ ਸਿਧਾਂਤ, ਵੈਸ਼ਨਵ ਕੇ ਮਤ ਪੰਚ ਰਾਤਰ ਨਾਰਦ ਦਾ ਸਿਧਾਂਤ ਹੈ ਕਿ ਤ੍ਰੇ ਆਤਮਾ ਰੂਪ, ਤ੍ਰੇ ਸੁਭਾਵ ਰੂਪ, ਤ੍ਰੇ ਵਿਊਹ ਰੂਪ। ਇਸ ਪ੍ਰਕਾਰ ਸੱਤੂ ਨਾਇਆ ਤ੍ਰੇਠ ਹੋਏ। ਚੌਂਸਠਵੇਂ ਰੂਪ ਸੂਖਮ ਨਿਰਗੁਣ ਨਿਕਲੇ ਹੈ। ਜਾਗਵਲਕ ਜੀ ਓਅੰਕਾਰ ਨੂੰ ਮਾਤਰਾ ਰੂਪ ਮੰਨਦੇ ਹਨ। ਜਾਗਵਲਕਰ ਜੀ ਓਅੰਕਾਰ ਨੂੰ ਅਮਾਤਰਾ ਰੂਪ ਮੰਨਦੇ ਹਨ। ਕਈ ਅਰਧ ਮਾਤਰਾ ਰੂਪ ਮੰਨਦੇ ਹਨ, ਕਈ ਇੱਕ ਮਾਤਰਾ, ਕਈ ਦੋ ਮਾਤਰਾ ਰੂਪ ਮੰਨਦੇ ਹਨ। ਵੈਸ਼ਨੋ ਮਤ ਵਾਲੇ ਢਾਈ ਮਾਤਰਾ ਰੂਪ ਮੰਨਦੇ ਹਨ। ਸੰਕਾਦਿਕ ਆਦਿ ਸਾਢੇ ਤਿੰਨ ਮਾਤਰਾ ਦਾ ਮੰਨਦੇ ਹਨ। ਕਈ ਤਿੰਨ ਮਾਤਰਾ ਰੂਪ ਮੰਨਦੇ ਹਨ। ਸਨਾਤਨ ਮਤ ਵਾਲੇ ਚਾਰ ਮਾਤਰਾ ਦਾ ਮੰਨਦੇ ਹਨ। ਵਸ਼ਿਸ਼ਠ ਜੀ ਨੇ ਸਾਢੇ ਚਾਰ ਮਾਤਰਾ ਰੂਪ ਜਾਣ ਕੇ ਉਪਾਸਨਾ ਕੀਤੀ ਹੈ। ਵੇਦਾਂਤੀ ਨਿਰਗੁਣ ਅਤੇ ਸਰਗੁਣ ਦੀ ਸਾਂਝੀ ਉਪਾਸਨਾ ਕਰਨ ਰੂਪ ਨੂੰ ਓਅੰਕਾਰ ਮੰਨਦੇ ਹਨ। ਵੇਦਾਂਤੀ ਨਿਰਗੁਣ ਅਤੇ ਸਰਗੁਣ ਦੀ ਸਾਂਝੀ ਉਪਾਸਨਾ ਰੂਪ ਨੂੰ ਓਅੰਕਾਰ ਮੰਨਦੇ ਹਨ। ਓਅੰਕਾਰ ਦਾ ਵਾਚ ਅਰਥ ਸਰਗੁਣ ਉਪਾਸਨਾ ਹੈ। ਓਅੰਕਾਰ ਦਾ ਲੱਖ ਅਰਥ ਨਿਰਗੁਣ ਉਪਾਸਨਾ ਹੈ। ਪ੍ਰਤੀਕ ਉਪਾਸਨਾ ਸਰਗੁਣ ਦੀ ਹੈ। ਅਹੰਗਰੈ ਉਪਾਸਨਾ ਨਿਰਗੁਣ ਦੀ ਹੈ। ਅਤੇ ਕਾਵ ਵਾਲੇ ਓਅੰਕਾਰ ਨੂੰ ਮਾਰਤਕ ਰੂਪ ਮੰਨਦੇ ਹਨ। ਈਸਾਈਆਂ ਦੇ ਮਤ ਵਿੱਚ ਰੂਹ ਮੁਕੱਦਸ, ਖੁਦਾ ਅਤੇ ਈਸਾ ਪੈਗੰਬਰ ਤਿੰਨ ਮੰਨੇ ਹਨ। ਈਸਾਈਆਂ ਦੇ ਮਤ ਵਿੱਚ ਰੂਹ ਮੁਕੱਦਰ, ਖੁਦਾ ਅਤੇ ਈਸਾ ਪੈਗੰਬਰ ਤਿੰਨ ਮੰਨੇ ਹਨ। ਮੁਸਲਮਾਨਾਂ ਨੇ ਖੁਦਾ ਅਤੇ ਪੈਗੰਬਰ ਦੋ ਮੰਨੇ ਹਨ। ਇਸ ਪ੍ਰਕਾਰ ਦੇ ਭੇਦ ਹਨ ਵੱਖੋ ਵੱਖਰੇ ਮਤਾਂ ਦੇ। ਇਸ ਪ੍ਰਕਾਰ ਦੇ ਭੇਦ ਹਨ ਵੱਖੋ ਵੱਖਰੇ ਮਤਾਂ ਦੇ। ਇਹਨਾਂ ਸਾਰਿਆਂ ਨੂੰ ਨਿਵਿਰਤ ਕਰਨ ਵਾਸਤੇ ਅਸੀਂ ਆਦ ਵਿੱਚ ਏਕੜਾ ਲਾਇਆ ਹੈ, ਏਕਾ ਲਾਇਆ ਹੈ। ਗੁਰੂ ਨਾਨਕ ਦੇਵ ਜੀ ਪਾਤਸ਼ਾਹ ਸਿੱਧਾਂ ਨੂੰ ਕਹਿੰਦੇ ਹਨ ਕਿ ਇਹਨਾਂ ਸਾਰਿਆਂ ਨੂੰ ਨਿਵਿਰਤ ਕਰਨ ਵਾਸਤੇ ਅਸੀਂ ਆਦ ਵਿੱਚ ਏਕਾ ਲਾਇਆ ਹੈ। ਇਸ ਦਾ ਮਤਲਬ ਹੈ ਕਿ ਸਾਡਾ ਜਿਹੜਾ ਸਿਧਾਂਤ ਹੈ ਉਹ ਅਦਵੈਤਵਾਦ ਹੈ, ਦਵੈਤਵਾਦ ਨਹੀਂ। ਅਸੀਂ ਇੱਕੇ ਦਾ ਕਥਨ ਕਰਦੇ ਹਨ, ਇੱਕੋ ਦਾ ਕਥਨ ਕਰਦੇ ਹਾਂ ਅਸੀਂ।
ਇੱਕੋ ਦਾ ਉਚਾਰਨ ਕਰਦੇ ਹਾਂ, ਇੱਕੋ ਦਾ ਪੂਜਨ ਕਰਦੇ ਹਾਂ ਅਤੇ ਇੱਕੋ ਦੇ ਸੇਵਕ ਆਪ ਬਣੇ ਹਾਂ, ਇੱਕੋ ਦੇ ਸੇਵਕ ਸਾਰਿਆਂ ਨੂੰ ਬਣਾਉਂਦੇ ਹਾਂ। ਧੰਨ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਅਸੀਂ ਇੱਕੋ ਦਾ ਕਥਨ ਕਰਦੇ ਹਾਂ, ਇੱਕੋ ਦਾ ਉਚਾਰਨ ਕਰਦੇ ਹਾਂ, ਇੱਕੋ ਦਾ ਪੂਜਨ ਕਰਦੇ ਹਾਂ, ਇੱਕੋ ਦੇ ਸੇਵਕ ਆਪ ਬਣੇ ਹਾਂ ਅਤੇ ਇੱਕੋ ਦੇ ਹੀ ਸੇਵਕ ਸਾਰਿਆਂ ਨੂੰ ਬਣਾਉਂਦੇ ਹਾਂ। ਯਥਾ ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ ਇੱਕੋ ਹੈ। ਆਸਾ ਮਹੱਲਾ ਪਹਿਲਾ ਅੰਗ 350। ਅੱਗੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਏਕਮ ਏਕੰਕਾਰ ਨਿਰਾਲਾ ਅਮਰ ਅਜੋਨੀ ਜਾਤ ਨਾ ਜਾਲਾ। ਏਕਮ ਏਕੰਕਾਰ ਨਿਰਾਲਾ ਅਮਰ ਅਜੋਨੀ ਜਾਤ ਨਾ ਜਾਲਾ। ਬਿਲਾਵਲ ਮਹੱਲਾ ਪਹਿਲਾ ਅੰਗ 838 ਦੇ ਫਰਮਾਉਂਦੇ ਹਨ ਪਾਤਸ਼ਾਹ ਜੀ। ਅੱਗੇ ਪਾਤਸ਼ਾਹ ਜੀ ਨੇ ਫਰਮਾਇਆ ਹੈ ਕਿ ਏਕੋ ਏਕ ਕਹਿ ਸਭ ਕੋਈ, ਹਉਮੈ ਗਰਭ ਵਿਆਪੈ ਅੰਤਰ ਬਾਹਰ ਏਕ ਪਛਾਣੈ, ਇਉਂ ਕਰ ਮਹਿਲ ਸੰਜਾਪੈ। ਪ੍ਰਭ ਨੇੜੈ ਹਰ ਦੂਰ ਨ ਜਾਣੋ, ਏਕੋ ਸ੍ਰਿਸ਼ਟ ਸਬਾਈ, ਏਕ ਅੰਕਾਰ ਅਵਰ ਨਹੀਂ ਦੂਜਾ, ਨਾਨਕ ਏਕ ਸਮਾਈ। ਰਾਮ ਕਲੀ ਮਹੱਲਾ ਪਹਿਲਾ ਦੱਖਣੀ ਓਅੰਕਾਰ ਅੰਗ 930 ਦੇ ਫਰਮਾਉਂਦੇ ਹਨ ਪਾਤਸ਼ਾਹ ਜੀ। ਅਤੇ ਰਾਮਕਲੀ ਰਾਗ ਵਿੱਚ ਹੀ ਪਹਿਲੇ ਪਾਤਸ਼ਾਹ ਜੀ ਫਿਰ ਸਿੱਧ ਗੋਸ਼ਟ ਅੰਗ 940 ਦੇ ਫਰਮਾਉਂਦੇ ਹਨ ਕਿ ਏਕੈ ਕੋ ਸੱਚ ਏਕਾ ਜਾਣੈ, ਹਉ ਮੈਂ ਦੂਜਾ ਦੂਰ ਕੀਆ। ਏਕੇ ਕੋ ਸੱਚ ਏਕਾ ਜਾਣੈ, ਹਉ ਮੈਂ ਦੂਜਾ ਦੂਰ ਕੀਆ। ਇਸੇ ਪ੍ਰਕਾਰ ਹੀ ਪਾਤਸ਼ਾਹ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੱਖਣੀ ਓਅੰਕਾਰ ਵਿੱਚ ਪਹਿਲੇ ਪਾਤਸ਼ਾਹ ਜੀ ਰਾਮਕਲੀ ਮਹੱਲੇ ਪਹਿਲੇ ਵਿੱਚ 930 ਅੰਗ ਦੇ ਫਰਮਾਉਂਦੇ ਹਨ ਕਿ ਏਕ ਸਰੇਵੈ ਤਾਂ ਗਤਮਤ ਪਾਵੈ, ਆਵਣ ਜਾਣ ਰਹਾਈ। ਫਿਰ ਪੰਜਵੇਂ ਸਰੂਪ ਵਿੱਚ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਕਿ ਏਕੋ ਜਪ ਏਕੋ ਸਾ ਲਾਹੇ, ਏਕ ਸਿਮਰ ਏਕੋ ਮਨ ਆਹੇ, ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਏਕੋ ਏਕ ਏਕ ਹਰ ਆਪ, ਪੂਰਨ ਪੂਰ ਰਹਿਓ ਪ੍ਰਭਿਆਪ, ਪੂਰਨ ਪੂਰ ਰਹਿਓ ਪ੍ਰਭਿਆਪ। ਅਨਕ ਵਿਸਥਾਰ ਏਕ ਤੇ ਪਏ, ਏਕ ਅਰਾਧ ਪ੍ਰਾਛਿਤ ਗਏ, ਮਨ ਤਨ ਅੰਤਰ ਏਕ ਪ੍ਰਭਰਾਤਾ, ਗੁਰ ਪ੍ਰਸਾਦ ਨਾਨਕ ਇੱਕ ਜਾਤਾ। ਸੁਖਮਨੀ ਸਾਹਿਬ ਜੀ ਵਿੱਚ ਅੰਗ 299 ਤੇ ਗੁਰੂ ਗ੍ਰੰਥ ਸਾਹਿਬ ਜੀ ਫਰਮਾਉਂਦੇ ਹਨ ਇਹ ਵਚਨ। ਅੱਗੇ ਅੰਗ 821 ਦੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਏਕ ਬਸਤੀਰਨ ਏਕ ਸੰਪੂਰਨ ਏਕੈ ਪ੍ਰਾਣ ਆਧਾਰਾ। ਦਸਮ ਸਰੂਪ ਵਿੱਚ ਵੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨੇ ਫਰਮਾਇਆ ਹੈ ਕਿ ਏਕਣ ਏਕ ਬਿਨਾ ਦੂਸਰ ਸੋ ਨਾ ਚਿਨਾਰ, ਇੱਕ ਬਿਨਾ ਦੂਸਰ ਸੋ ਨਾ ਚਿਨਾਰ। ਪਾਤਸ਼ਾਹੀ ਦਸਵੀਂ ਸ਼ਬਦ ਹਜ਼ਾਰੇ ਦਸਮ ਅੰਗ ਦਸਮ ਗ੍ਰੰਥ ਅੰਗ 711। ਅੱਗੇ ਫਿਰ ਦਸਮ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਪ੍ਰਣਵ ਆਦਿ ਏਕੰਕਾਰਾ, ਜਲ ਥਲ ਮਹੀਲ ਕਿਉ ਪਸਾਰਾ, ਆਦ ਪੁਰਖ ਅਵਗਤ ਅਵਨਾਸੀ, ਲੋਕ ਚਤੁਰਦਸ ਜੋਤ ਪ੍ਰਕਾਸ਼ੀ। ਇਸ ਕਰਕੇ ਭਾਈ ਸਾਡਾ ਜਿਹੜਾ ਮਤ ਹੈ ਅਦਵੈਤ ਰੂਪ ਹੈ, ਵੇਦਾਂਤ ਮਤ ਵਿੱਚ ਅਦਵੈਤ ਮਤ ਦਾ ਸਾਰ ਹੈ, ਇਸ ਕਰਕੇ ਵੇਦਾਂਤ ਦਾ ਸਾਰ ਇਸ ਵਿੱਚ ਆ ਗਿਆ। ਏਕੋ ਹੰ
ਬਹੁ ਸਿਆਮ ਪਰਿਆਜੈ ਏਕੋਹੰ ਬਹੁ ਸਿਆਮ ਪਰਜਾਏ ਇੱਕ ਤੋਂ ਮੈਂ ਬਹੁਤ ਰੂਪ ਹੋਵਾਂ ਇੱਕ ਤੋਂ ਮੈਂ ਬਹੁਤ ਰੂਪ ਹੋਵਾਂ ਇਸ ਪ੍ਰਕਾਰ ਕਹਿਣ ਤੋਂ ਜਗਤ ਵਿਸਥਾਰ ਨੂੰ ਪ੍ਰਾਪਤ ਹੋਇਆ ਹੈ ਇੱਕ ਤੋਂ ਮੈਂ ਬਹੁਤੇ ਰੂਪ ਹੋਵਾਂ ਇਸ ਪ੍ਰਕਾਰ ਕਹਿਣ ਤੋਂ ਜਗਤ ਵਿਸਥਾਰ ਨੂੰ ਪ੍ਰਾਪਤ ਹੋਇਆ ਇੱਕ ਓਹੰ ਇਹਨਾਂ ਅੱਖਰਾਂ ਵਿੱਚ ਤੋਂ ਇੱਕ ਓਹੰਕਾਰ ਬਣਿਆ ਹੈ ਇੱਕ ਓਹੰ ਏਕੈ ਦੇ ਕੱਕੇ ਵਿੱਚੋਂ ਊੜਾ ਓਂਕਾਰ ਕੱਢਿਆ ਅਤੇ ਹੰਗ ਦੋ ਵਿੱਚੋਂ ਦੂਜੇ ਅੱਖਰ ਵਿੱਚੋਂ ਦੋ ਵਿੱਚੋਂ ਅਹੰਗ ਵਿੱਚੋਂ ਅਕਾਰ ਸੁਰ ਸਵਰ ਅਤੇ ਮਕਾਰ ਦੀ ਜੋ ਬਣੀ ਬਿੰਦੀ ਸੋ ਦੋ ਕੱਢੇ ਹੰਗ ਦੇ ਵਿੱਚੋਂ ਅਕਾਰ ਸਵਰ ਅਤੇ ਮਕਾਰ ਦੀ ਜੋ ਬਣੀ ਬਿੰਦੀ ਸੋ ਦੋ ਕੱਢੇ ਤਿੰਨ ਅੱਖਰ ਹੋ ਗਏ ਓਅੰਕਾਰ ਅਕਾਰ ਅਤੇ ਮਕਾਰ ਤਿੰਨਾਂ ਅੱਖਰਾਂ ਤੋਂ ਓਅੰਕਾਰ ਓਅੰਗ ਬਣਿਆ ਸੋ ਇੱਕ ਓਅੰਕਾਰ ਅਰਥ ਹੋਇਆ ਤਿੰਨਾਂ ਅੱਖਰਾਂ ਤੋਂ ਓਅੰਗ ਬਣਿਆ ਅਤੇ ਇਹਨਾਂ ਤੋਂ ਓਅੰਕਾਰ ਅਕਾਰ ਅਤੇ ਮਕਾਰ ਤੋਂ ਓਅੰਕਾਰ ਬਣ ਗਿਆ ਓਅੰਕਾਰ ਸੋ ਇੱਕ ਓਅੰਕਾਰ ਅਰਥ ਹੋਇਆ ਅਕਾਰ ਉਕਾਰ ਮਕਾਰ ਪੁੰਨ ਅਰਧ ਬਿੰਦ ਪਹਿਚਾਨ ਚਾਰੋਂ ਕੋ ਸਮੁਦਾਏ ਜੋ ਓਅੰਕਾਰ ਪਛਾਣ ਅਕਾਰ ਓਂਕਾਰ ਮਕਾਰ ਪੁੰਨ ਅਰਧ ਬਿੰਦ ਪਹਿਚਾਨ ਚਾਰੋਂ ਕੋ ਸਮੁਦਾਏ ਜੋ ਓਅੰਕਾਰ ਪਛਾਣ ਫਿਰ ਸਿੱਧਾਂ ਨੇ ਪੁੱਛਿਆ ਮਹਾਰਾਜ ਜੀ ਕਿ ਤੁਹਾਡਾ ਮੰਤਰ ਜੋ ਹੈ ਵਿਆਕਰਨ ਦੇ ਅਨੁਸਾਰ ਹੈ ਤਾਂ ਮਹਾਰਾਜ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਕਿ ਹਾਂ ਇਹ ਵਿਆਕਰਨ ਦੇ ਅਨੁਸਾਰ ਹੈ ਵਿਆਕਰਨ ਵਾਲੇ ਓਅੰਗ ਅਵਧਾਤੂ ਤੋਂ ਬਣਿਆ ਮੰਨਦੇ ਹਨ ਵਿਆਕਰਨ ਵਾਲੇ ਓਅੰਗ ਅਵਧਾਤੂ ਤੋਂ ਬਣਿਆ ਮੰਨਦੇ ਹਨ ਅਵਧਾਤੂ ਦਾ ਅਰਥ ਹੈ ਜਿਹੜਾ ਰੱਖਿਆ ਕਰੇ ਉਸਦੇ ਤਾਂ ਹੀ ਓਅੰਕਾਰ ਕਰਕੇ ਮੰਨਿਆ ਜਿਹੜਾ ਰੱਖਿਆ ਕਰੇ ਉਸਦੇ ਤਾਂ ਹੀ ਓਅੰਕਾਰ ਕਰਕੇ ਮੰਨਿਆ ਹੈ ਇਸ ਪ੍ਰਕਾਰ ਉਚਾਰਨੇ ਮਾਤਰ ਸੇ ਰੱਖਿਆ ਕਰਨ ਵਾਲਾ ਹੋਣੇ ਕਰਕੇ ਅਤੇ ਅਵਧਾਤੂ ਦਾ ਬਣਿਆ ਹੋਣੇ ਕਰਕੇ ਇਸ ਵਿੱਚ ਵਿਆਕਰਨ ਵੀ ਆ ਗਿਆ ਹੈ ਫਿਰ ਸਿੱਧਾਂ ਨੇ ਪ੍ਰਸ਼ਨ ਕੀਤਾ ਕਿ ਮਹਾਰਾਜ ਜੀ ਕੀ ਇਸ ਵਿੱਚ ਕਾਵਿ ਵੀ ਹੈ ਤਾਂ ਮਹਾਰਾਜ ਸਾਹਿਬ ਜੀ ਨੇ ਉੱਤਰ ਦਿੱਤਾ ਹਾਂ ਕਾਵਿ ਵੀ ਇਸ ਵਿੱਚ ਹੈ ਅਕਾਰ ਮਕਾਰ ਓਂਕਾਰ ਪੁੰਨ ਅਰਧ ਬਿੰਦ ਪਹਿਚਾਨ ਚਾਰੋਂ ਕੋ ਸਮੁਦਾਏ ਜੋ ਓਅੰਕਾਰ ਪਛਾਣ ਇਸ ਵਿੱਚ ਅਕਾਰ ਓਂਕਾਰ ਮਕਾਰ ਅਤੇ ਅਰਧ ਬਿੰਦ ਮਾਤ੍ਰਿਕ ਪਦ ਹਨ ਇਹਨਾਂ ਚੌਹਾਂ ਦਾ ਸਮੁਦਾਏ ਓਅੰਕਾਰ ਬਣਿਆ ਹੈ ਇਹਨਾਂ ਚੌਹਾਂ ਦਾ ਸਮੁਦਾਏ ਜੋ ਹੈ ਓਅੰਕਾਰ ਬਣਿਆ ਹੈ ਇਸ ਕਰਕੇ ਕਾਵਿ ਦੇ ਮਾਤ੍ਰਿਕ ਛੰਦਾਂ ਦੇ ਤਰੀਕੇ ਨਾਲ ਕਾਵਿ ਦੀ ਬਲਕਵੀ ਝਲਕ ਵੀ ਇਸ ਵਿੱਚ ਹੈ ਇਸ ਕਰਕੇ ਕਾਵਿ ਦੇ ਮਾਤ੍ਰਿਕ ਛੰਦਾਂ ਦੇ ਤਰੀਕੇ ਨਾਲ ਕਾਵਿ ਦੀ ਝਲਕ ਵੀ ਇਸ ਵਿੱਚ ਹੈ ਫਿਰ ਸਿੱਧਾਂ ਨੇ ਕਿਹਾ ਕਿ ਹੇ ਸੱਚੇ ਪਾਤਸ਼ਾਹ ਜੀ ਇਸ ਪਵਿੱਤਰ ਬਾਣੀ ਦੇ ਅੰਦਰ ਆਪ ਜੀ ਨੇ ਕਾਵਿ ਅਤੇ ਵਿਆਕਰਨ ਵੀ ਦੱਸਿਆ ਹੈ ਇਹ ਸਾਰੀ ਚੀਜ਼ ਗੁਰਬਾਣੀ ਦੇ ਅੰਦਰ ਆ ਗਈ ਹੈ
ਆਪ ਹੁਣ ਕਿਰਪਾ ਕਰਕੇ ਇਹ ਦੱਸੋ ਕਿ ਆਪ ਜੀ ਦਾ ਜੋ ਅੰਮ੍ਰਿਤ ਰੂਪ ਮੰਤਰ ਹੈ ਇਸ ਦੇ ਆਦ ਵਿੱਚ ਆਪ ਜੀ ਨੇ ਏਕਾ ਕਿਉਂ ਲਾਇਆ ਹੈ? ਵੇਦ ਵਿੱਚ ਤਾਂ ਇਸ ਦੇ ਆਦ ਵਿੱਚ ਏਕਾ ਨਹੀਂ ਲਾਇਆ ਹੋਇਆ। ਸਿੱਧਾਂ ਨੇ ਕਿਹਾ, ਪਾਤਸ਼ਾਹ ਜੀ, ਕਿ ਆਪ ਜੀ ਦਾ ਜੋ ਅੰਮ੍ਰਿਤ ਰੂਪ ਮੰਤਰ ਹੈ ਇਸ ਦੇ ਆਦ ਵਿੱਚ ਆਪ ਜੀ ਨੇ ਏਕਾ ਕਿਉਂ ਲਾਇਆ ਹੈ? ਵੇਦ ਵਿੱਚ ਤਾਂ ਇਸ ਦੇ ਆਦ ਵਿੱਚ ਏਕਾ ਨਹੀਂ ਲਾਇਆ ਹੋਇਆ। ਤਾਂ ਸੁਣ ਕੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉੱਤਰ ਦਿੱਤਾ, ਹੇ ਸਿੱਧੋ, ਸਾਡਾ ਮਤ ਸਾਰਿਆਂ ਦਾ ਸਾਂਝਾ ਹੈ। ਹੇ ਸਿੱਧੋ, ਸਾਡਾ ਮਤ ਸਾਰਿਆਂ ਦਾ ਸਾਂਝਾ ਹੈ। ਵੇਦ ਦੇ ਓਮ ਮੰਤਰ ਦੇ ਉਚਾਰਨ ਵਾਸਤੇ ਕੇਵਲ ਬ੍ਰਾਹਮਣ ਨੂੰ ਅਧਿਕਾਰ ਹੈ। ਵੇਦ ਦੇ ਓਮ ਮੰਤਰ ਦੇ ਉਚਾਰਨ ਵਾਸਤੇ ਕੇਵਲ ਬ੍ਰਾਹਮਣ ਨੂੰ ਅਧਿਕਾਰ ਹੈ, ਖੱਤਰੀ ਨੂੰ ਸੁਣਨ ਦਾ ਅਧਿਕਾਰ ਹੈ, ਉਚਾਰਨ ਦਾ ਨਹੀਂ। ਤੇ ਵੈਸਾਂ ਤੇ ਸ਼ੂਦਰਾਂ ਨੂੰ ਤਾਂ ਉੱਕਾ ਹੀ ਅਧਿਕਾਰ ਨਹੀਂ ਅਤੇ ਚੌਹਾਂ ਵਰਨਾਂ ਦੀਆਂ ਇਸਤਰੀਆਂ ਨੂੰ ਅਧਿਕਾਰ ਨਹੀਂ ਹੈ। ਵੇਦ ਦੇ ਓਮ ਮੰਤਰ ਵਾਸਤੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੱਸ ਰਹੇ ਹਨ ਸਿੱਧਾਂ ਨੂੰ ਕਿ ਵੇਦ ਦੇ ਓਮ ਮੰਤਰ ਦੇ ਉਚਾਰਨ ਵਾਸਤੇ ਕੇਵਲ ਬ੍ਰਾਹਮਣ ਨੂੰ ਅਧਿਕਾਰ ਹੈ, ਬ੍ਰਾਹਮਣ ਦੀ ਇਸਤਰੀ ਨੂੰ ਵੀ ਅਧਿਕਾਰ ਨਹੀਂ ਹੈ, ਸਿਰਫ ਤੇ ਸਿਰਫ ਬ੍ਰਾਹਮਣ ਨੂੰ ਅਧਿਕਾਰ ਹੈ ਓਮ ਮੰਤਰ ਦਾ ਉਚਾਰਨ ਕਰਨ ਵਾਸਤੇ। ਤੇ ਖੱਤਰੀ ਜੋ ਹੈ ਉਹਨੂੰ ਸਿਰਫ ਤੇ ਸਿਰਫ ਸੁਣਨ ਦਾ ਅਧਿਕਾਰ ਹੈ, ਉਚਾਰਨ ਦਾ ਨਹੀਂ। ਤੇ ਉਸਦੀ ਸਿੰਘਣੀ ਨੂੰ ਵੀ ਸਿਰਫ ਤੇ ਸਿਰਫ ਸੁਣਨ ਦਾ ਅਧਿਕਾਰ ਹੈ। ਤੇ ਜੋ ਵੈਸ਼ ਹਨ ਤੇ ਸ਼ੂਦਰ ਹਨ ਉਹਨਾਂ ਨੂੰ ਤਾਂ ਉੱਕਾ ਹੀ ਅਧਿਕਾਰ ਨਹੀਂ ਕਿ ਨਾ ਤਾਂ ਉਹ ਸੁਣ ਸਕਦੇ ਹਨ ਤੇ ਨਾ ਹੀ ਉਚਾਰਨ ਕਰ ਸਕਦੇ ਸਨ। ਚੌਹਾਂ ਵਰਨਾਂ ਦੀਆਂ ਇਸਤਰੀਆਂ ਨੂੰ ਵੀ ਇਹ ਅਧਿਕਾਰ ਨਹੀਂ ਹੈ ਕਿ ਉਹ ਓਮ ਮੰਤਰ ਉਚਾਰਨ ਕਰ ਸਕਣ ਤੇ ਜਾਂ ਫਿਰ ਉਹ ਸੁਣ ਸਕਣ। ਅਸੀਂ ਏਕਾ ਇਸ ਵਾਸਤੇ ਲਾਇਆ ਹੈ ਕਿ ਇੱਕ ਅਦਵੈਤ ਸਰੂਪ ਹੈ ਅਤੇ ਸਭ ਦਾ ਸਾਂਝਾ ਹੈ, ਸਭ ਨੂੰ ਹੱਕ ਹੈ, ਸਭ ਨੂੰ ਹੱਕ ਹੈ। ਇਸ ਦੇ ਪੜ੍ਹਨ ਦਾ ਸਭ ਨੂੰ ਹੱਕ ਹੈ, ਇਸ ਦੇ ਪੜ੍ਹਨ ਦਾ ਓਅੰਗ ਪੜ੍ਹਨ ਦਾ। ਜੋ ਇੱਕ ਓਅੰਕਾਰ ਕਹੇਗਾ ਸਭ ਦੀ ਕਲਿਆਣ ਹੋਵੇਗੀ, ਜੋ ਇੱਕ ਓਅੰਕਾਰ ਕਹੇਗਾ ਸਭ ਦੀ ਕਲਿਆਣ ਹੋਵੇਗੀ। ਯਥਾ ਖੱਤਰੀ ਬ੍ਰਾਹਮਣ ਸੂਦ ਬੈਸ ਉਦਰੈ ਸਿਮਰ ਚੰਡਾਲ, ਅੰਗ 300 ਦੇ ਪਾਤਸ਼ਾਹ ਜੀ ਫਰਮਾਉਂਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿ ਖੱਤਰੀ ਬ੍ਰਾਹਮਣ ਸੂਦ ਬੈਸ ਉਦਰੈ ਸਿਮਰ ਚੰਡਾਲ, ਅਤੇ ਅੱਗੇ ਅੰਗ 747 ਦੇ ਪੰਜਮ ਪਾਤਸ਼ਾਹ ਜੀ ਸੂਹੀ ਰਾਗ ਵਿੱਚ ਫਰਮਾਉਂਦੇ ਹਨ ਕਿ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਵਰਨਾ ਕੋ ਸਾਂਝਾ। ਅੱਗੇ ਫਿਰ ਅੰਗ 1150 ਦੇ ਭੈਰੋ ਰਾਗ ਦੇ ਵਿੱਚ ਪੰਜਮ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਜਾਤ ਅਜਾਤ ਜਪੈ ਜਨ ਕੋਏ, ਜੋ ਜਾਪੈ ਤਿਸ ਕੀ ਗਤ ਹੋਏ। ਸੋ ਇਸ ਪ੍ਰਕਾਰ ਅਸੀਂ ਸਭ ਦੇ ਵਾਸਤੇ ਇਹ ਸਾਂਝਾ ਮੰਤਰ ਉਚਾਰਿਆ ਹੈ। ਜਿਵੇਂ ਬੱਦਲ ਦੀ ਵਰਖਾ ਕਰਕੇ ਸਾਰੇ ਲੋਕ ਬਰੋ ਸੌਂਦੇ ਹਨ, ਇਸੇ ਪ੍ਰਕਾਰ ਇਸ ਅੰਮ੍ਰਿਤ ਬਾਣੀ ਦੇ ਆਸਰੇ ਸਾਰੀਆਂ ਜਾਤਾਂ ਦੇ ਲੋਕ, ਸਾਰੇ ਵਰਨਾਂ ਦੇ, ਆਸ਼ਰਮਾਂ ਦੇ ਅਤੇ ਉੱਤਮ ਮੱਧਮ ਕਨਿਸ਼ਟ ਸਾਰੇ ਬਰੋ ਸੌਂਦੇ ਹਨ। ਜੋ ਵੇਦ ਨੂੰ ਆਗਿਆ ਕੀਤੀ ਸੀ, ਜੋ ਵੇਦ ਨੇ ਆਗਿਆ ਕੀਤੀ ਸੀ
ਕਿ ਇਸ ਓਮ ਮੰਤਰ ਨੂੰ ਉੱਚੀ ਨਹੀਂ ਉਚਾਰਨ ਕਰਨਾ। ਜੋ ਵੇਦ ਨੇ ਆਗਿਆ ਕੀਤੀ ਸੀ ਕਿ ਇਸ ਓਮ ਮੰਤਰ ਨੂੰ ਉੱਚੀ ਨਹੀਂ ਉਚਾਰਨ ਕਰਨਾ, ਉਸ ਨੂੰ ਨਿਵਿਰਤ ਕਰਨ ਵਾਸਤੇ ਏਕਾ ਲਾ ਕੇ ਅਦਵੈਤ ਦਿਖਾਉਣਾ ਕੀਤਾ ਹੈ। ਅਸੀਂ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਸਿੱਧਾਂ ਨੂੰ ਕਹਿ ਰਹੇ ਹਨ ਕਿ ਜੋ ਵੇਦ ਨੇ ਆਗਿਆ ਕੀਤੀ ਸੀ ਕਿ ਇਸ ਓਮ ਮੰਤਰ ਨੂੰ ਉੱਚੀ ਨਹੀਂ ਉਚਾਰਨ ਕਰਨਾ, ਉਸ ਨੂੰ ਨਿਵਿਰਤ ਕਰਨ ਵਾਸਤੇ, ਉਸ ਨੂੰ ਖਾਰਜ ਕਰਨ ਵਾਸਤੇ ਅਸੀਂ ਏਕਾ ਲਾ ਕੇ ਅਦਵੈਤ ਦਿਖਾਉਣਾ ਕੀਤਾ ਹੈ। ਸਾਰੇ ਇਸ ਨੂੰ ਜਪਣ ਦਾ ਹੱਕ ਰੱਖਦੇ ਹਨ। ਵਾਰ ਪਹਿਲੀ ਪੌੜਵੀਂ 27 ਵਿੱਚ ਵੀ ਜ਼ਿਕਰ ਆਉਂਦਾ ਹੈ ਕਿ ਬਾਬੇ ਤਾਰੇ ਚਾਰ ਜਕ ਚੱਕ ਨੌ ਖੰਡ ਪ੍ਰਿਥਵੀ ਸੱਚਾ ਟੋਆ। ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਟੋਆ। ਅਤੇ ਅੰਗ 221 ਉੱਤੇ ਗੌੜੀ ਗੁਆਰੀ ਮਹੱਲਾ ਪਹਿਲਾ ਵਿੱਚ ਧੰਨ ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ, ਜੈਸਾ ਘਰ ਬਾਹਰ ਸੋ ਤੈਸਾ, ਬੈਸ ਗੁਫਾ ਮੈਂ ਆਖੋ ਕੈਸਾ, ਸਾਗਰ ਡੂਗਰ ਨਿਰਭਉ ਐਸਾ। ਜੈਸਾ ਘਰ ਬਾਹਰ ਸੋ ਤੈਸਾ, ਬੈਸ ਗੁਫਾ ਮੈਂ ਆਖੋ ਕੈਸਾ, ਸਾਗਰ ਡੂਗਰ ਨਿਰਭਉ ਐਸਾ। ਇੱਥੇ ਹੁਣ ਫਿਰ ਪ੍ਰਸ਼ਨ ਕਰਦੇ ਹਨ ਸਿੱਧ ਕਿ ਹੇ ਸੱਚੇ ਪਾਤਸ਼ਾਹ ਜੀ, ਜਿਹੜਾ ਆਪ ਜੀ ਦਾ ਅੰਮ੍ਰਿਤ ਨਾਮ ਮੂਲ ਮੰਤਰ ਹੈ, ਇਸ ਦੇ ਵਿੱਚ ਜਿਸ ਪ੍ਰਕਾਰ ਵਿਖਿਆਨ ਦੇ ਅੰਦਰ 6 ਅੰਗ ਹੁੰਦੇ ਹਨ, ਪਹਿਲਾ ਇੱਕ ਪਦ ਛੇਦ ਕਰਨਾ, ਦੂਜਾ ਪਦ ਦੀ ਵਿਉਂਤਪਦੀ ਕਰਨੀ ਕਿ ਕਿੱਥੋਂ ਬਣਿਆ ਹੈ, ਤੀਜਾ ਅਨੈ ਕਰਨਾ, ਚੌਥਾ ਪਦ ਅਰਥ ਦੱਸਣੇ, ਪੰਜਵਾਂ ਦੂਸਰੇ ਮਤਾਂ ਵੱਲੋਂ ਸ਼ੰਕਾ ਕਰਨੀ ਅਤੇ ਉਹਨਾਂ ਦਾ ਅਰਥ ਦੱਸਣੇ, ਉਹਨਾਂ ਦੇ ਅਰਥ ਦੱਸਣੇ, ਅਤੇ 6ਵਾਂ ਸਮਾਧਾਨ ਉੱਤਰ ਦੇਣਾ। ਇਸ ਪ੍ਰਕਾਰ 6 ਅੰਗਾਂ ਦੁਆਰਾ ਪੂਰਾ ਵਿਖਿਆਨ ਹੁੰਦਾ ਹੈ। ਜਿਸ ਵਿੱਚ ਇਹ 6 ਅੰਗ ਨਾ ਹੋਣ, ਉਹ ਪੂਰਾ ਵਿਖਿਆਨ ਨਹੀਂ ਹੁੰਦਾ। ਸਿੱਧਾਂ ਨੇ ਕਿਹਾ ਕਿ ਆਪ ਜੀ ਦੇ ਮੰਤਰ ਵਿੱਚ ਵੀ ਇਹ ਵਿਖਿਆਨ ਦੇ 6 ਅੰਗ ਹਨ, ਤਾਂ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਕਿਹਾ, ਫਰਮਾਇਆ ਕਿ ਇਸ ਵਿੱਚ ਸਾਰੇ ਨਿਯਮ ਹਨ। ਸੋ ਸਤਿਗੁਰੂ ਮਹਾਰਾਜ ਸਾਹਿਬ ਜੀ ਇਸ ਵਿੱਚ ਸਾਰੇ ਨਿਯਮ ਰੱਖ ਕੇ ਪਦਾਂ ਦੇ ਅਰਥ ਇਸ ਪ੍ਰਕਾਰ ਉਚਾਰਨ ਕਰਦੇ ਹਨ। ਇੱਕ ਉਹ ਅੰਕਾਰ ਪਦ ਛੇਦ ਕਰਕੇ ਇੱਕ ਉਹ ਅੰਕਾਰ, ਪਹਿਲਾਂ ਇੱਕ ਦਾ ਅਰਥ ਕਰਦੇ ਹਾਂ। ਇੱਕ ਇੱਕ ਕੌਣ ਹੈ? ਜੋ ਅਦਵੈਤ ਰੂਪ ਹੈ, ਜਿਸ ਦਾ ਸਾਨੀ ਦੂਜਾ ਕੋਈ ਨਹੀਂ ਹੈ। ਇੱਕ ਕੌਣ ਹੈ? ਜੋ ਅਦਵੈਤ ਸਰੂਪ ਹੈ ਅਤੇ ਜਿਸ ਦਾ ਸਾਨੀ ਕੋਈ ਨਹੀਂ ਹੈ। ਯਥਾ ਤਿਸ ਕਾ ਸਰੀਕ ਕੋ ਨਹੀਂ, ਨਾ ਕੋ ਕੰਟਕ ਵਹਿ ਰਾਈ। ਅੰਗ 592 ਦੇ ਗੁਰੂ ਗ੍ਰੰਥ ਸਾਹਿਬ ਜੀ ਫਰਮਾਉਂਦੇ ਹਨ, ਸੁਤੀ ਸ਼ਰੁਤੀ ਏਕ ਮੇਵਾ ਅਦੁੱਤੀ ਬ੍ਰਹਮ, ਇੱਕ ਸੋ ਜੋ ਸਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ। ਸੁਤੀ ਸ਼ਰੁਤੀ ਏਕ ਮੇਵਾ ਅਦੁੱਤੀ ਬ੍ਰਹਮ, ਇੱਕ ਜੋ ਸਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ। ਸਜਾਤੀ ਕੀ ਹੈ? ਉਸ ਇੱਕੋ ਜਾਤੀ ਦਾ ਹੋਰ ਵੀ ਹੋਣਾ, ਜਿਵੇਂ ਮਨੁੱਖ ਦੀ ਜਾਤੀ ਦੇ ਹੋਰ ਵੀ ਬੇਅੰਤ ਮਨੁੱਖ ਹੁੰਦੇ ਹਨ, ਇਉਂ ਪਰਮੇਸ਼ਰ ਦਾ ਸਜਾਤੀ ਕੋਈ ਨਹੀਂ ਹੈ। ਇਉਂ
ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਜਾਤੀ ਕੋਈ ਨਹੀਂ ਹੈ। ਅੱਗੇ ਆਉਂਦਾ ਹੈ ਵਿਜਾਤੀ। ਵਿਜਾਤੀ ਕੀ ਹੈ? ਦੂਸਰੀ ਜਾਤੀ ਵੀ ਹੋਣੀ ਚਾਹੀਦੀ ਹੈ, ਜਿਵੇਂ ਮਨੁੱਖ ਤੋਂ ਵੱਖਰੇ ਪਸ਼ੂ ਪੰਛੀ ਆਦਿਕ ਹੋਰ ਜਾਤਾਂ ਦੇ ਹਨ, ਇਉਂ ਵਿਜਾਤੀ ਭੇਦ ਵੀ ਨਹੀਂ ਹੈ। ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਦੂਸਰੀ ਜਾਤ ਵੀ ਹੋਣੀ ਚਾਹੀਦੀ ਹੈ, ਜਿਵੇਂ ਮਨੁੱਖ ਤੋਂ ਵੱਖਰੇ ਪਸ਼ੂ ਪੰਛੀ ਆਦਿਕ ਹੋਣ, ਜਾਤਾਂ ਹੋਰ ਜਾਤਾਂ ਦੇ ਹਨ, ਇਉਂ ਵਿਜਾਤੀ ਭੇਦ ਵੀ ਇਸ ਮੂਲ ਮੰਤਰ ਵਿੱਚ ਨਹੀਂ ਹੈ। ਅੱਗੇ ਆਉਂਦਾ ਹੈ ਸਵੈਗਤ, ਜੋ ਆਪਣੇ ਆਪ ਨੂੰ ਪ੍ਰਾਪਤ ਹੋਣ ਅੰਗ ਪ੍ਰਤੰਗ, ਜਿਵੇਂ ਬ੍ਰਿਸ਼ ਦਾ ਮੁੱਢ, ਡਾਹਣੇ, ਟਹਿਣੀਆਂ, ਫਲ, ਫੁੱਲ, ਪੱਤਰੇ ਆਦਿਕ, ਅਤੇ ਸਰੀਰ ਦੇ ਅੰਗ ਹਨ, ਸਿਰ, ਬਾਹਾਂ, ਹੱਥ, ਉਂਗਲਾਂ ਆਦਿਕ ਹਨ। ਇਸ ਪ੍ਰਕਾਰ ਉਸ ਦੇ ਵਿੱਚ ਆਪਣੇ ਆਪ ਨੂੰ ਪ੍ਰਾਪਤ ਕੀਤੇ ਹੋਏ ਅੰਗਾਂ ਦਾ ਭੇਦ ਨਹੀਂ ਹੈ। ਇਸ ਪ੍ਰਕਾਰ ਉਸ ਦੇ ਵਿੱਚ ਆਪਣੇ ਆਪ ਨੂੰ ਪ੍ਰਾਪਤ ਹੋਏ ਅੰਗਾਂ ਦਾ ਭੇਦ ਨਹੀਂ ਹੈ, ਉਹ ਇੱਕੋ ਇੱਕ ਚੇਤਨ ਸਰੂਪ ਹੈ। ਯਥਾ ਬਿਨ ਦੁਆਰੇ ਤ੍ਰੈ ਲੋਕ ਸਮਾਏ, ਅੰਗਾਂ ਪ੍ਰਤੰਗਾਂ ਅਤੇ ਗੋਲਕਾਂ ਰੂਪ ਦੁਆਰਿਆਂ ਤੋਂ ਰਹਿਤ ਤਿੰਨਾਂ ਲੋਕਾਂ ਵਿੱਚ ਮਿਲਿਆ ਹੋਇਆ ਹੈ, ਭਾਵ ਨਿਰਗੁਣ ਸਰੂਪ ਹੈ, ਜੋਤੀ ਸਰੂਪ ਹੈ। ਯਥਾ ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੈ ਚਾਨਣ, ਸਭ ਮੈਂ ਚਾਨਣ ਹੋਏ। ਐਸਾ ਜੋ ਬ੍ਰਹਮ ਹੈ, ਉਸ ਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ, ਅਤੇ ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਹੈ। ਅੱਗੇ ਪਾਤਸ਼ਾਹ ਜੀ ਫਰਮਾਉਂਦੇ ਹਨ ਦੇਸ਼, ਜਿਵੇਂ ਮਾਲਵਾ, ਮਾਝਾ, ਪੋਠੋਹਾਰ, ਧੰਨੀ, ਘੇਪ, ਹਿੰਦ, ਇੰਗਲੈਂਡ, ਕਨੇਡਾ, ਅਮਰੀਕਾ, ਜਪਾਨ, ਚੀਨ ਆਦਿ ਦੇਸ਼ਾਂ ਕਰਕੇ ਜਿਸ ਵਿੱਚ ਭੇਦ ਨਹੀਂ ਹੈ, ਭਾਵ ਇੱਕ ਦੇਸੀ ਹੈ, ਇੱਕ ਦੇਸੀ ਨਹੀਂ ਹੈ। ਕਿੰਨੇ ਦੇਸ਼ ਦੀ ਹੱਦ ਤੱਕ ਹੀ, ਕਿਸੇ ਦੇਸ਼ ਦੀ ਹੱਦ ਤੱਕ ਹੀ ਉਹ ਸੀਮਿਤ ਨਹੀਂ ਹੈ, ਸਰਵ ਵਿਆਪੀ ਹੈ। ਜਿਵੇਂ ਆਪਣੇ ਦੇਸ਼ ਹਨ, ਆਪਣੀ ਜੋ ਜਨਤਾ ਹੈ, ਇੱਕ ਹੱਦ ਤੱਕ ਸੀਮਿਤ ਹੈ। ਜਿਵੇਂ ਭਾਰਤ ਦਾ ਬਾਰਡਰ ਹੈ, ਇਸ ਤਰ੍ਹਾਂ ਦੂਜੇ ਦੇਸ਼ਾਂ ਦੇ ਬਾਰਡਰ ਅਲੱਗ ਅਲੱਗ ਹਨ ਆਪਦੇ ਆਪਦੇ, ਕਿ ਸਾਡਾ ਇੱਥੋਂ ਤੱਕ ਦੇਸ਼ ਹੈ। ਇਸ ਤਰ੍ਹਾਂ ਜੋ ਉਹ ਅਕਾਲ ਪੁਰਖ ਹੈ, ਉਹ ਕਿਸੇ ਦੇਸ਼ ਦੀ ਹੱਦ ਤੱਕ ਦੀ ਉਹ ਸੀਮਿਤ ਨਹੀਂ ਹੈ। ਜੋ ਵਾਹਿਗੁਰੂ ਹੈ, ਸਰਬ ਵਿਆਪੀ ਹੈ। ਯਥਾ ਸਭਨੀ ਥਾਵੀਂ ਰਵਿਆ ਆਪ, ਆ ਜੁਗਾਦ ਜਾਕਾ ਵਡ ਪ੍ਰਤਾਪ। ਅਤੇ ਜਾਪ ਸਾਹਿਬ ਵਿੱਚ ਵੀ ਦਸਮ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਸਰਵੱਤਰ ਦੇਸ ਹੈ, ਕਿ ਸਰਵੱਤਰ ਭੇਸ ਹੈ। ਅੱਗੇ ਆਉਂਦਾ ਹੈ ਕਾਲ, ਜਿਸ ਪ੍ਰਕਾਰ ਆਪਾਂ ਸਾਰੇ ਕੋਈ ਦਿਨੇ ਜੰਮਿਆ ਹੈ, ਕੋਈ ਰਾਤ ਨੂੰ, ਇਸ ਪ੍ਰਕਾਰ ਉਹ ਕਾਲ ਕਰਕੇ ਨਾ ਨਾਸ ਹੁੰਦਾ ਹੈ ਅਤੇ ਨਾ ਹੀ ਪੈਦਾ ਹੁੰਦਾ ਹੈ, ਉਹ ਅਵਿਨਾਸੀ ਹੈ, ਸਦਾ ਕਾਇਮ ਰਹਿਣ ਵਾਲਾ ਸਰੂਪ ਹੈ। ਨਾ ਤਿਸ ਬਾਪ ਨਾ ਮਾਏ ਕਿਨ ਤੂੰ ਜਾਇਆ, ਅਥਵਾ ਨਾ ਤਿਸ ਬਾਪ ਨਹੀਂ ਇਸ ਮਾਇਆ, ਨਾ ਇਸ ਬਾਪ ਨਹੀਂ ਇਸ ਮਾਇਆ, ਇਹੋ ਅਪਰੰਪਰ ਹੋਤਾ ਆਇਆ, ਅਥਵਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇਉਂ
ਉਸ ਵਿੱਚ ਕਾਲ ਕਰਕੇ ਭੇਦ ਨਹੀਂ ਹੈ, ਅਵਨਾਸੀ ਹੈ, ਅਕਾਲ ਸਰੂਪ ਹੈ। ਪਰ ਬਾਕੀ ਜੋ ਸ੍ਰਿਸ਼ਟੀ ਦਿਸ ਰਹੀ ਹੈ ਕਾਲ ਕਰਕੇ ਪੈਦਾ ਹੁੰਦੀ ਹੈ ਅਤੇ ਕਾਲ ਕਰਕੇ ਹੀ ਨਾਸ਼ ਹੋ ਜਾਂਦੀ ਹੈ। ਭਗਤ ਕਬੀਰ ਜੀ 1374 ਅੰਕ ਤੇ ਫਰਮਾਉਂਦੇ ਹਨ, ਕਬੀਰ ਸੂਰਜ ਚਾਂਦ ਕੇ ਉਦੈ ਪਈ ਸਭ ਦੇਹ ਗੁਰ ਗੋਬਿੰਦ ਕੇ ਬਿਨ ਮਿਲੈ ਪਲਟ ਪਈ ਸਭ ਖੇਹ। ਕਬੀਰ ਸੂਰਜ ਚਾਂਦ ਕੈ ਉਦੈ ਪਈ ਸਭ ਦੇਹ ਗੁਰ ਗੋਬਿੰਦ ਕੇ ਬਿਨ ਮਿਲੈ ਪਲਟ ਪਈ ਸਭ ਖੇਹ। ਕੇਵਲ ਇੱਕੋ ਇੱਕ ਅਕਾਲ ਪੁਰਖ ਹੀ ਕਾਲ ਭਾਵ ਸਮੇਂ ਦੀ ਹੱਦ ਤੋਂ ਰਹਿਤ ਹੈ। ਅੱਗੇ ਹੈ ਵਸਤੂ। ਵਸਤੂਆਂ ਤਿੰਨ ਹੁੰਦੀਆਂ ਹਨ, ਵਿਅਸ਼ਟੀ ਉਪਾਧੀ ਕਰਕੇ ਜੀਵ ਦੀਆਂ ਤਿੰਨ ਵਸਤੂਆਂ ਹਨ। ਕੀ ਹਨ? ਵਿਸ਼ਵ, ਤੈਜਵਸਵ ਅਤੇ ਪ੍ਰਾਗਯ। ਨੰਬਰ ਇੱਕ ਦੇ ਵਿਸ਼ਵ, ਵਿਸ਼ਵ ਨਾਮੇ ਜੀਵ ਜਾਗਰਤ ਦਾ ਅਭਿਮਾਨੀ ਹੈ। ਵਿਸ਼ਵ ਨਾਮੇ ਜੀਵ ਜਾਗਰਤ ਦਾ ਅਭਿਮਾਨੀ ਹੈ ਅਤੇ ਤੈਜਸਵ ਨਾਮੇ ਜੀਵ ਸੁਪਨ ਅਵਸਥਾ ਦਾ ਅਭਿਮਾਨੀ ਹੈ। ਤੈਜਸਵ ਨਾਮੇ ਜੀਵ ਸੁਪਨ ਅਵਸਥਾ ਦਾ ਅਭਿਮਾਨੀ ਹੈ, ਪ੍ਰਾਗਯ ਨਾਮੇ ਜੀਵ ਸੁੱਕੇਪਤ ਅਵਸਥਾ ਦਾ ਅਭਿਮਾਨੀ ਹੈ। ਪ੍ਰਾਗਯ ਨਾਮੇ ਜੀਵ ਸੁੱਕੋਪਤ ਅਵਸਥਾ ਦਾ ਅਭਿਮਾਨੀ ਹੈ। ਵਿਅਸ਼ਟੀ ਅਵਿਦਿਆ ਦੀ ਉਪਾਧੀ ਕਰਕੇ ਇਹ ਭਿੰਨ ਭਿੰਨ ਜੀਵ ਦੀਆਂ ਤਿੰਨ ਵਸਤੂਆਂ ਉਪਾਧੀਆਂ ਮੰਨੀਆਂ ਗਈਆਂ ਹਨ। ਸਮਸ਼ਟੀ ਮਾਇਆ ਦੀ ਉਪਾਧੀ ਕਰਕੇ ਈਸ਼ਰ ਦੀਆਂ ਤਿੰਨ ਵਸਤੂਆਂ ਮੰਨੀਆਂ ਗਈਆਂ ਹਨ, ਵੈਰਾਟ, ਹਿਰਨਗਰਭ ਅਤੇ ਅਭਿਆਕ੍ਰਿਤ। ਵੈਰਾਟ ਜਿਸ ਪ੍ਰਕਾਰ ਇਕੱਲੇ ਇਕੱਲੇ ਬੂਟੇ ਦਾ ਨਾਮ ਬ੍ਰਿਸ਼ ਹੈ ਅਤੇ ਸਾਰੇ ਬ੍ਰਿਸ਼ਾਂ ਦੇ ਸਮੂਹ ਦਾ ਨਾਮ ਬਾਗ ਹੁੰਦਾ ਹੈ, ਇਸੇ ਪ੍ਰਕਾਰ ਸਮਸ਼ਟੀ ਮਾਇਆ ਦੀ ਉਪਾਧੀ ਕਰਕੇ ਉਹ ਸਾਰੇ ਬ੍ਰਹਿਮੰਡ ਦੀ ਜਾਗਰਤ ਅਵਸਥਾ ਦਾ ਅਭਿਮਾਨੀ ਵੈਰਾਟ ਹੈ, ਜਿਸ ਦਾ ਸਿਰ ਉੱਪਰਲੇ ਸੱਤ ਲੋਕ ਹਨ, ਚਾਰ ਸੁੱਤੇ ਪਾਤਾਲ, ਸਵਾਸ ਨਾਸ਼ਕਾਂ, ਪਵਨ ਵਾਸ, ਸੱਜਾ ਖੱਬਾ ਨੇਤਰ ਸੂਰਜ ਅਤੇ ਚੰਦਰਮਾ, ਮੁੱਖ ਜੋ ਹੈ ਅਗਨੀ, ਹਿਰਦਾ ਵਿਸ਼ਨੂੰ, ਦੋਵੇਂ ਬਾਹਾਂ ਸ਼ਿਵਜੀ ਬ੍ਰਹਮਾ, ਅਤੇ ਪੇਟ ਜੋ ਸਮੁੰਦਰ, ਨਾੜੀਆਂ, ਹੱਡੀਆਂ, ਪਰਬਤ, ਰੋਮ ਜੋ ਹੈ ਸਾਰੀ ਬਨਸਪਤੀ ਹੈ, ਬੀਰਜ ਜੋ ਹੈ ਮੇਘਮਾਲਾ ਹੈ, ਅਤੇ ਅਗਲਾ ਹਿੱਸਾ ਧਰਮ ਹੈ, ਪ੍ਰਿਸ਼ਠ ਭਾਗ ਪਿਛਲਾ ਭਾਗ ਪਾਪ ਹਨ। ਇਸ ਪ੍ਰਕਾਰ ਉਸ ਦਾ ਵੈਰਾਟ ਸਰੂਪ ਹੈ। ਹਿਰਨਗਰਭ ਦੇ ਅਨੁਸਾਰ ਜੋ ਸਮਸ਼ਟੀ ਉਪਾਧੀ ਕਰਕੇ ਸਾਰਿਆਂ ਦੀ ਸੁਪਨ ਅਵਸਥਾ ਨੂੰ ਪ੍ਰਕਾਸ਼ਨ ਦਾ ਨਾਮ ਹੈ ਕਰਨ ਹੈ, ਉਸ ਨੂੰ ਹਿਰਨਗਰਭ ਕਹਿੰਦੇ ਹਨ। ਜੋ ਸਮਸ਼ਟੀ ਉਪਾਧੀ ਕਰਕੇ ਸਾਰਿਆਂ ਦੀ ਸੁਪਨ ਅਵਸਥਾ ਨੂੰ ਪ੍ਰਕਾਸ਼ਨ ਦਾ ਗਰਭ ਅਰਥਾਤ ਨਾਮ ਕਰਨ ਹੈ, ਉਸ ਨੂੰ ਹਿਰਨਗਰਭ ਕਹਿੰਦੇ ਹਨ। ਤੀਜਾ ਹੈ ਅਭਿਆਕ੍ਰਿਤ। ਸਮਸ਼ਟੀ ਉਪਾਧੀ ਕਰਕੇ ਸਾਰਿਆਂ ਦੀ ਸੁੱਖੋਪਤ ਅਵਸਥਾ ਦਾ ਜੋ ਅਭਿਮਾਨੀ ਹੈ ਉਸ ਨੂੰ ਅਭਿਆਕ੍ਰਿਤ ਕਹਿੰਦੇ ਹਨ। ਇਹ ਮਾਇਆ ਕਰਕੇ ਤਿੰਨ ਵਸਤੂਆਂ ਮੰਨੀਆਂ ਗਈਆਂ ਹਨ। ਇਸ ਪ੍ਰਕਾਰ ਵਿਅਸ਼ਟੀ ਇੱਕ ਇੱਕ ਬ੍ਰਿਸ਼ ਦੀ ਨਿਆਈ, ਅਵਿਦਿਆ ਦੀ ਉਪਾਧੀ ਕਰਕੇ ਅਤੇ ਸਮਸ਼ਟੀ ਸਮੁੱਚੇ ਬਾਗ ਦੀ ਨਿਆਈ ਮਾਇਆ ਦੀ ਉਪਾਧੀ ਕਰਕੇ, ਜਿਸ ਵਿੱਚ ਭੇਦ ਸਿੱਧ ਨਹੀਂ ਹੁੰਦਾ, ਉਹ ਇੱਕ ਅਵੈਧ
ਸਰੂਪ ਅਦਵੈਤ ਸਰੂਪ ਹੈ ਵਾਹਿਗੁਰੂ, ਉਹ ਇੱਕੋ ਇੱਕ ਹੈ ਵਾਹਿਗੁਰੂ, ਉਸ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਸੋ ਉਸਨੂੰ ਹੀ ਮੰਨਣਾ ਚਾਹੀਦਾ, ਇੱਕੋ ਇੱਕ ਵਾਹਿਗੁਰੂ ਨੂੰ। ਉਸ ਤੋਂ ਬਿਨਾਂ ਜੋ ਸਾਰੇ ਹਨ ਉਹ ਨਾਸ਼ ਹੋਣ ਵਾਲੇ ਹਨ। ਅਤੇ ਆਪਾਂ ਨੂੰ ਦਸਮ ਪਾਤਸ਼ਾਹ ਜੀ ਨੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੋਇਆ ਹੈ, ਜੇਕਰ ਆਪਾਂ ਇਹਨਾਂ ਤੋਂ ਬਿਨਾਂ ਕਿਤੇ ਹੋਰ ਜਾ ਕੇ ਨੱਕ ਰਗੜਾਂਗੇ, ਮੱਥੇ ਟੇਕਾਂਗੇ, ਸਿੱਖ ਧਰਮ ਸਿੱਖ ਗੁਰਸਿੱਖ ਵਾਸਤੇ ਇਹ ਬਚਨ ਹੈ ਕਿ ਜੇਕਰ ਆਪਾਂ ਹੋਰ ਥਾਵਾਂ 'ਤੇ ਜਾ ਕੇ ਮੱਥੇ ਟੇਕਾਂਗੇ ਤਾਂ ਫਿਰ ਆਪਣਾ ਕੀ ਹਾਲ ਹੋਣਾ ਹੈ ਆਪਾਂ ਜਾਣਦੇ ਹੀ ਹਾਂ। ਪਿੱਛੇ ਆਪਾਂ ਤਨਖਾਹਨਾਮੇ ਦੀ ਕਥਾ ਵੀ ਕਰਕੇ ਆਏ ਹਾਂ, ਉਹ 'ਚ ਆਪਣੀ ਨੇ ਸਰਵਟ ਕੀਤਾ ਹੀ ਹੈ ਕਿ ਕੀ ਹੁੰਦਾ ਹੈ ਆਪਣੇ ਨਾਲ, ਕੀ ਆਪਣਾ ਸਜ਼ਾ ਮਿਲਦੀ ਹੈ।